ਨਿਆਣੇ ਨੂੰ ਇਹ ਸਪਲਾਈ ਕੀਤੀ ਸੀ 5000 ਰੁਪਇਆ ਲੈਂਦੀ ਸੀ 2500 ਨੂੰ ਦਿੰਦੀ ਸੀ ਇਹਦਾ ਕੀ ਪੁੱਛੋ ਆ ਦੇਖੋ ਖੁਦ ਬੋਲ ਰਹੀਆਂ ਨੇ ਪੁੱਛ ਲਓ ਇਹਨਾਂ ਦੀ ਬਣਾਈ ਹੋਈ ਮੂਵੀ ਖੁਦ ਪੁੱਛ ਲਓ ਜੀ ਆ ਇਹਨੂੰ ਪੁੱਛ ਰਾਜੇ ਦੱਸ ਰਾਜੇ ਜੋ ਸੱਚ ਹੈ ਉਹ ਦੱਸ ਹਾਂ ਜੀ ਇਹਨਾਂ ਕੋਲ ਕੰਮ ਕਰਦੀ ਸੀ ਪਹਿਲੇ ਮੈਂ ਹੁਣ 1 ਮਹੀਨੇ ਤੋਂ ਮੈਂ ਨਹੀਂ ਇਹਨਾਂ ਕੋਲ ਕੰਮ ਕਰਦੀ ਇਹਨਾਂ ਕੋਲ ਆਂਦੀ ਇਹ ਜੋ ਵੀ भी साल तो मेरा बच्चा 18 साल का एक्सीडेंट होके पूरा होया मैनू वो खर्चा नहीं सी दिंदा मेरी कोई सपोर्ट नहीं सी मैं बहुत दुखी सी उस बंदे तो मैनू शक तो सी पर मैं इहदा खेड़ा छड्या होया सी मैं अपना बच्चा पालदी सी सिर्फ बच्चा मेरा चलिया गया इस दुनिया तो मेरा सब कुछ ही खत्म हो गया उस तो बाद 2 महीने हो गए मेरे नाल फिर उही कुछ हर वीक दे विच हरेक वीक दे विच एक वारी दो वारी इन्हें बाहर जाना मैं फ्रेंडा नाल जाना मैं बाहर जाना मैं अक के दुखी होकर चुप कर जे मैं बोलती सी तां मैनू डिवोर्स दियां धमकियां दिंदा सी उस तो मैनू शक सी मेरे बच्चे दे फ्रेंड्स मेरी बहुत सपोर्ट च ने मेरे बेटे ने सारे उन्होंने इहनू ट्रैप लाया लड़ी नू ट्रैप लाया भी ये कित्थे गए ने इन्हां दी वीडियोग्राफी करी उस तो बाद उन्होंने सारे बच्चों ने प्रूफ कट्ठे करके मैनू दिते ते मेरी कोई सपोर्ट च नहीं खड़िया मैं सबनों दसिया मेरी किसी ने नहीं सुनी मैं सबनों दसिया हूँ बाकी गल ये तो पुछो ये अपने मूँह नाल मान रही है सारी गल एदी फ्रेंड राजे दस आप दस ਇਹਦੀ ਫਰੈਂਡਸ਼ਿਪ ਸੀਗੀ ਇਹਦੀ 1 ਸਾਲ ਤੋਂ ਫਰੈਂਡਸ਼ਿਪ ਸੀ ਉਹ ਕੁੜੀ ਨੇ ਇਹਨੂੰ ਮਿਲਾਇਆ ਸੀ ਮੇਰੇ ਘਰ ਵਾਲੇ ਨਾਲ ਉਹ ਕੁੜੀਆਂ ਸਪਲਾਈ ਕਰਦੀ ਆ ਉਹ ਆਪਣੇ ਮੂੰਹ ਨਾਲ ਮੰਨੀ ਹੋਈ ਆ ਸਾਰੇ ਵੀਡੀਓਗ੍ਰਾਫੀ ਹੈਗੀ ਆ ਇਸੇ ਕਰਕੇ ਕਰਦੇ ਇਸ ਪਤਾ ਨਹੀਂ ਕਿੱਥੇ ਹੁੰਦੀਆਂ ਨੇ ਇਹਨਾਂ ਨੂੰ ਪਤਾ ਹੋਊਗਾ ਮੈਂ ਤਾਂ ਅੱਜ ਇਹਨਾਂ ਨੂੰ ਫਸਟ ਟਾਈਮ ਮਿਲੀ ਆ ਪਰ ਇਸ ਕੁੜੀ ਇਹਨਾਂ ਨੂੰ ਫੋਲੋ ਕੀਤਾ ਮੈਂ ਤਾਂ ਮੈਂ ਇਹਦੇ ਤੱਕ ਪਹੁੰਚੀ ਤੇ ਇਹਨੇ ਮੈਨੂੰ ਸਾਰੀ ਗੱਲ ਦੱਸੀ ਆ ਵੀ ਮੈਨੂੰ ਉਹਨੇ ਮੇਰੀ ਗੱਲ ਕਰਾਈ ਸੀ ਤੇ ਉਹ ਮੈਨੂੰ 5000 ਰੁਪਇਆ ਪਰ ਨਾਈਟ ਭੇਜਦੀ ਸੀ ਤੇ ਮੇਰਾ ਘਰ ਵਾਲਾ ਇਹਦੇ ਨਾਲ ਵਿਆਹ ਕਰਾਉਣ ਨੂੰ ਫਿਰਦਾ ਸੀ ਤੇ ਮੈਂ ਤਾਂ ਡਿਵੋਰਸ ਮੰਗ ਰਿਹਾ ਕੋਈ ਲਿੰਕ ਨਹੀਂ ਸੀ ਇਹਨਾਂ ਦਾ ਸਾਲ ਹੋਇਆ ਇਹਨਾਂ ਨੇ ਮੈਨੂੰ ਗੱਲਬਾਤ ਕਰਵਾਈ ਸੀ ਇਹਨਾਂ ਦੀ ਮੈਂ ਪਹਿਲੇ ਉਹਨਾਂ ਨੂੰ ਕਦੇ ਦੇਖਿਆ ਨਹੀਂ ਸੀ ਜਾਣਦੀ ਨਹੀਂ ਸੀ ਮੈਂ ਉਹਨਾਂ ਨੂੰ 1 ਸਾਲ ਪਹਿਲੇ ਇਹਨਾਂ ਕੋਲ ਹੈਗੀ ਮੈਂ 5-6 ਮਹੀਨੇ ਇਹਨਾਂ ਕੋਲ ਰਹੀ ਹਾਂ ਮੈਂ ਤੇ ਉਹਦੇ ਪਿੱਛੋਂ ਇਹਨਾਂ ਨੇ ਮੈਨੂੰ ਉਹਨਾਂ ਨਾਲ ਗੱਲਬਾਤ ਕਰਾਈ ਮੈਂ ਮਨਾ ਵੀ ਕੀਤਾ ਸੀ ਇਹਨਾਂ ਨੂੰ ਇਹਨਾਂ ਨੇ ਕਿਹਾ ਜਿਹਨਾਂ ਉਹ ਹਲੇ ਉਹਨਾਂ ਬੇਟਾ ਐਕਸਪਾਇਰ ਹੋਇਆ ਤੇ ਜਿਹਨਾਂ ਲੁੱਟ ਕੇ ਖਾਣਾ ਉਹਨਾਂ ਨੂੰ ਖਾ ਲਓ ਪਰ ਮੈਂ ਸਿਰਫ ਮੇਰੇ ਘਰ ਉਹਨਾਂ ਸਿਰਫ ਇੱਕ ਕੂਲਰ ਲਿਆਇਆ ਔਰ ਕੋਈ ਕੁਝ ਨਹੀਂ ਦਿੱਤਾ ਉਹਨਾਂ ਨੇ ਮੈਨੂੰ ਹਾਂਜੀ ਕੂਲਰ ਹੀ ਦਿੱਤਾ ਸਾਲ ਤੋਂ ਸਾਲ ਹੋ ਗਿਆ ਨਾਈਟ ਜਾਂਦੀ ਰਹੀ ਆ ਉਹਦੇ ਹਾਂਜੀ ਉਹਨਾਂ ਨਾਲ ਜਾਂਦੀ ਰਹੀ ਭੇਜਦੇ ਰਹੇ ਮੈਨੂੰ ਡੈਥ ਨੂੰ 2 ਮਹੀਨੇ ਹੋਏ ਸੀ ਤੈਨੂੰ ਉਹ ਲੈ ਉਹਨਾਂ ਨੇ ਭੇਜਦੇ ਰਹੇ ਉਹ ਭੇਜਦੇ ਰਹੇ ਮੈਨੂੰ चार पांच बंदे सी कहिंदे वी साडे इत्थे मेरे हसबैंड दे इक लड़की आई सी नाल मेरा हसबैंड इत्थे जनानी लैके आया ओह तां मिलिया नहीं ते इक लेडीज़ अंदरों इन्हां ने फड़ी है ओह कहिंदे इहदे नाल संबंध ने इन्हां दे ते बाकी 3-4 लड़कियां होर पड़ गईं सानू कुछ टाइम तो पता लग्या सी इत्थे गलत काम हो रहा है पर जदों असीं सवेरे सानू पता लग्या कि इत्थे कोई किसे दा हसबैंड इत्थे आके फड़िया किसे नू पता लग्या वी आया इत्थे पर सानू जदों असीं उपरों आके देखिया तां इत्थे लेडीज़ बैठियां सीगियां ते फिर पुलिस ने बुलाया गया इत्थे काबू कराया गया ਕੀ ਮਹੱਲੇ ਦੋ ਲੋਕ ਦੁਖੀ ਤੇ ਹਾਂਜੀ ਬਹੁਤ ਦੁਖੀ ਸੀਗੇ ਸਾਰੇ ਪਰ ਕੋਈ ਕਹਿਣ ਤੋਂ ਡਰਦੇ ਆ ਸਾਰੇ ਵੈਰੀਫਾਈ ਕਰਾਂਗੇ ਕਿ ਪੂਰੇ ਕਿੰਨੇ ਕ ਜੋੜੇ ਦੇ ਜਿਹੜੇ ਫੜੇ ਗਏ ਨਹੀਂ ਵੈਰੀਫਾਈ ਕਰਾਂਗੇ ਜੀ ਹਲੇ ਤਾਂ ਕੁਝ ਨਹੀਂ ਪਤਾ ਫੜੇ ਨੇ ਕੁਝ ਬੰਦੇ ਜਿਹੜੇ ਹੈ ਵੈਰੀਫਾਈ ਕਰਾਂਗੇ ਜੀ ਵੈਰੀਫਾਈ ਕਰਾਂਗੇ ਕਿੰਨੇ ਕਿੱਥੇ ਦਾ ਮਹੱਲਾ ਕਿਹੜਾ ਤੀ ਹੈ ਡਿਫੈਂਸ ਕਲੋਨੀ ਹੈ ਡਿਫੈਂਸ ਕਲੋਨੀ ਕਿੰਨੇ ਜੋੜੇ ਕਿੰਨੇ ਫੜੇ ਨੇ ਕੋਈ ਗੱਲਬਾਤ ਜੋੜਾ ਕੋਈ ਨਹੀਂ ਫੜਿਆ ਜੀ ਇੱਕ ਮੀਆਂ ਬੀਬੀ ਨੇ ਤੇ 3 ਜਨਾਨੀਆਂ ਨੇ ਹਾਂ